ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਅਕਾਲੀ ਲੀਡਰਸ਼ਿਪ ਨਾਲ ਮੰਗਲਵਾਰ ਨੂੰ ਹੋਈ ਬੈਠਕ ਤੋਂ ਬਾਅਦ ਅੰਮ੍ਰਿਤਸਰ ਤੋਂ ਭਾਜਪਾ ਦੇ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਆਪਣਾ ਪ੍ਰਤੀਕਰਮ ਜ਼ਾਹਰ ਕਰਦਿਆਂ ਕਿਹਾ ਹੈ ਕਿ ਜੇਕਰ ਪਾਰਟੀ ਅਕਾਲੀ ਦਲ ਨਾਲ ਮਿਲ ਕੇ ਚੋਣ ਲੜਦੀ ਹੈ ਤਾਂ ਉਹ ਪਾਰਟੀ ਦੇ ਟਿਕਟ ਤੇ ਚੋਣ ਨਹੀਂ ਲੜੇਗੀ। ਨਵਜੋਤ ਕੌਰ ਨੇ ਕਿਹਾ ਹੈ ਕਿ ਉਹ ਚੋਣ ਜ਼ਰੂਰ ਲੜਨਗੇ ਪਰ ਇਹ ਸਮਾਂ ਦੱਸੇਗਾ ਕਿ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਮੈਦਾਨ 'ਚ ਉਤਰਨਗੇ ਜਾਂ ਫਿਰ ਕੋਈ ਹੋਰ ਸਿਆਸੀ ਬਦਲ ਵੱਲ ਜਾਣਗੇ। ਨਵਜੋਤ ਕੌਰ ਨੇ ਕਿਹਾ ਕਿ ਉਹ ਅਕਾਲੀ ਦਲ ਨਾਲ ਮਿਲ ਕੇ ਚੋਣ ਨਾ ਲੜਨ ਦੇ ਆਪਣੇ ਸਟੈਂਡ ਤੇ ਕਾਇਮ ਹਨ ਕਿਉਂਕਿ ਅਕਾਲੀ ਦਲ ਦੇ ਰਾਜ 'ਚ ਸੂਬੇ ਦੇ ਭਾਜਪਾ ਆਗੂਆਂ ਅਤੇ ਵਰਕਰ ਦੀ ਕਦਰ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਦੇਰ ਸ਼ਾਮ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਵਿਚਾਲੇ ਬੈਠਕ ਹੋਈ ਸੀ। ਇਸ ਬੈਠਕ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਸੂਬੇ 'ਚ ਭਾਜਪਾ ਅਤੇ ਅਕਾਲੀ ਦਲ ਮਿਲ ਕੇ ਚੋਣ ਲੜਨਗੇ। ਬਿਲਕੁਲ ਕਾਇਮ ਹੈ। ਤੁਮ ਆਪਣੇ ਜੋ ਵਰਕਿੰਗ ਕਾ ਸਟਾਈਲ ਹੈ ਉਸਕੋ ਨਹੀਂ ਬਦਲ ਸਕਤੇ। ਅਗਰ ਤੁਮ ਬਾਤ ਕਰਤੇ ਹੋ ਗੁੱਡ ਗਵਰਨੈਂਸ ਕੀ ਯਾ ਤੁਮ ਪਾਲਿਸੀਜ਼ ਕੇ ਸਾਥ ਤੁਮਹਾਰਾ ਮੇਲ ਮਿਲਾਪ ਹੀ ਨਹੀਂ ਹੋਤਾ, ਕਿਸ ਤਰ੍ਹਾਂ ਸੇ ਸਰਕਾਰ ਰਨ ਕਰਤੀ ਹੈ, ਲੋਗੋਂ ਕੇ ਪ੍ਰਤੀ ਤੁਮਹਾਰਾ ਕਿਆ ਰੁਝਾਵ ਹੈ, ਲੋਗੋਂ ਕੀ ਸਮੱਸਿਆਓਂ ਕੋ ਤੁਮ ਕੈਸੇ ਸੰਵਿਧਾਨ ਕਰ ਰਹੇ ਹੋ, ਕੈਸੇ ਉਨਕੋ ਸੁਣ ਰਹੇ ਹੋ, ਕੈਸੇ ਡੀਲ ਕਰ ਰਹੇ ਹੋ ਲੋਗੋਂ ਕੇ ਸਾਥ। ਅਗਰ ਵੋ ਪਸੰਦ ਹੀ ਨਹੀਂ ਹੈ, ਹਮੇ ਦਿਲ ਸੇ ਪਸੰਦ ਹੀ ਨਹੀਂ ਥਾ, ਤੋ ਦੈਨ ਇਟ ਇਜ਼ ਨਾਟ ਜਸਟੀਫਾਈਡ ਕਿ ਐਂਡ ਆਫ ਦ ਡੇ ਅਗਰ ਹਮ ਆ ਕੇ ਕਹੇ ਕਿ ਪਾਰਟੀ ਨੇ ਡਿਸਾਈਡ ਲੈ ਲਿਆ, ਠੀਕ ਹੈ ਜੀ ਅਬ ਹਮ ਇਕੱਠਾ ਚਲੇਂਗੇ। ਪਾਰਟੀ ਡਿਸੀਜਨ ਬਹੁਤ ਉੱਪਰ ਹੋਤੀ ਹੈ ਔਰ ਇੱਕ ਦੋ ਇਨਸਾਨੋਂ ਕੇ ਸਾਥ ਪਾਰਟੀ ਨਹੀਂ ਬਣਤੀ। ਤੋ ਅਗਰ ਪਾਰਟੀ ਕੀ ਡਿਸੀਜਨ ਹੈ ਤੋ ਵੀ ਰਿਸਪੈਕਟ ਦੈਟ ਡਿਸੀਜਨ ਕਿ ਦੋਨੋਂ ਨੇ ਇਕੱਠੇ ਲੜਨਾ ਹੈ, ਬਟ ਹਮਾਰਾ ਸਟੈਂਡ ਵਹੀ ਰਹੇਗਾ ਕਿ ਨਾ ਤੋ ਹਮ ਲੜੇਂਗੇ ਅਲਾਇੰਸ ਕੀ ਤਰਫ ਸੇ ਔਰ ਨਾ ਹੀ ਹਮ ਪ੍ਰਚਾਰ ਕਰੇਂਗੇ। ਮੈਂ ਆਪਣੀ ਕੌਨਸਟੀਚੁਐਂਸੀ ਸੇ ਇਲੈਕਟਿਡ MLA ਹੂੰ, ਮੈਂ ਉਨਕੇ ਲਈ ਅਭੀ ਕਾਮ ਕਰਨਾ ਹੈ, ਅਭੀ ਮੇਰਾ ਇੱਕ ਸਾਲ ਟਰਮ ਪੜੀ ਹੈ, ਤੋ ਮੈਂ ਲੈਟ ਮੀ ਫਿਨਿਸ਼ ਮਾਈ ਵਰਕ, ਉਸਕੇ ਬਾਅਦ ਹਮ ਦੇਖੇਂਗੇ। ਅਲਾਇੰਸ ਰਹਿਤੀ ਹੈ ਉਸੇ ਨਹੀਂ ਲੜ ਸਕਤੇ, ਉਸਕੇ ਬਾਅਦ ਮੈਂ ਕਿਆ ਮੇਰੀ ਚੋਇਸ ਰਹਿਤੀ ਹੈ ਵੋ ਅਲਗ ਬਾਤ ਹੈ। ਲੋਗੋਂ ਕੇ ਲੀਏ ਇੱਕ ਹੀ ਬਾਤ ਕਿ ਕਭੀ ਵੀ ਪਾਰਟੀਓਂ ਮੇਂ ਇਨਵੋਲਵ ਨਾ ਹੁਆ ਕਰੋ। ਆਪ ਜਿਤਨੇ ਕੈਂਡੀਡੇਟਸ ਹੈ ਉਨਮੇਂ ਸੇ ਦੇਖੋ ਜੋ ਸਭਸੇ ਇਮਾਨਦਾਰ ਕੈਂਡੀਡੇਟ ਹੈ, ਜੋ ਆਪਕੋ ਲਗੇ ਕਿ ਆਪਕੀ ਸੇਵਾ ਕਰ ਸਕਤਾ ਹੈ, ਟਰੂ ਲੀਡਰ ਹੈ, ਆਪ ਉਸਕੋ ਵੋਟ ਦੋ। ਵੋ ਮੈਂ ਬਤਾਉਂਗੀ, ਵੋ ਤੋ ਅਭੀ ਤੱਕ ਤੋ ਮੈਂ BJP ਕੇ MLA ਹੂੰ ਔਰ ਮੈਨੇ ਚੁਣਾਵ ਲੜਨਾ ਹੈ, ਤੋ ਵੋ ਮੈਂ ਤਬ ਡਿਸਾਈਡ ਕਰੂੰਗੀ ਕਿ ਕਿਆ ਕਰਨਾ ਹੈ ਮੁਝੇ। ਅੰਮ੍ਰਿਤਸਰ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।